ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਮੈਨੂੰ ਸਾਹਿਬ ਜਸਵੰਤ ਸਿੰਘ ਅਮਨ ਕਹਿ ਰਹੇ ਸੀ ਕਿ ਮੈਂ ਬੜੀ ਥਾਵਾਂ 'ਤੇ ਜ਼ਿੰਦਗੀ ਹੋ ਗਈ ਇਸ ਤਰ੍ਹਾਂ ਦੇ ਸੈਮੀਨਾਰਾਂ 'ਚ ਜਾਂਦੇ ਹੋਏ। ਸੈਮੀਨਾਰ ਹੁੰਦੇ ਨੇ, ਲੇਕਿਨ ਉਹਦੇ ਵਿੱਚ ਜਦੋਂ ਬ੍ਰੇਕ ਹੁੰਦਾ, ਬ੍ਰੇਕ ਤੋਂ ਬਾਅਦ ਕਹਿੰਦਾ 35-40 ਮਿੰਟ ਲੋਕ ਆ ਕੇ ਆਪਣੀ ਸਹੀ ਤਰੀਕੇ ਸੀਟਾਂ 'ਤੇ ਵੀ ਨਹੀਂ ਬੈਠਦੇ। ਲੇਕਿਨ ਮੈਂ ਇੱਥੋਂ ਦੇ ਤੁਹਾਡੀ ਇਸ ਕਲਾਸ ਨੂੰ ਆਫਰੀਨ ਕਰਦਾ ਕਿ 10 ਮਿੰਟ ਵਿੱਚ ਕਿਸ ਤਰ੍ਹਾਂ ਆ ਕੇ ਇੱਕਦਮ ਸੀਟਾਂ 'ਤੇ ਵੀ ਬੈਠ ਜਾਂਦੇ ਨੇ ਔਰ ਬਿਲਕੁਲ ਇੱਕਦਮ ਸ਼ਾਂਤੀ ਹੋ ਜਾਂਦੀ ਹੈ। ਤੋ ਇਸ ਲਈ ਮੈਂ ਆਪ ਜੀ ਦਾ ਸਾਰਿਆਂ ਦਾ ਧੰਨਵਾਦ। ਹੁਣ ਦਾ ਸਾਡਾ ਵਿਸ਼ਾ ਬੜਾ ਮਹੱਤਵਪੂਰਨ ਹੈ ਕਿ ਵੂਮੈਨ ਅਵੇਅਰਨੈਸ, ਐਮਪਾਵਰਮੈਂਟ, ਉਹਦੇ ਰਾਈਟਸ ਔਰ ਉਹਦੀਆਂ ਡਿਊਟੀਜ਼, ਅਧਿਕਾਰ, ਫਰਜ਼। ਅੱਜ ਜਦੋਂ ਵੀ ਲੈਕਚਰ ਕੋਈ ਸ਼ੁਰੂ ਕਰੀਦਾ, ਜ਼ਰੂਰ ਕਹਿਣਾ ਪੈਂਦਾ ਕਿ ਅੱਜ ਦੀ ਇਸ ਦੁਨੀਆ ਵਿੱਚ ਵਕਤ ਬਦਲ ਗਿਆ, ਮਾਹੌਲ ਬਦਲ ਗਿਆ, ਸਮਾਜ ਬਦਲ ਗਿਆ, ਇੱਥੋਂ ਤੱਕ ਕਿ ਇਨਸਾਨ ਵੀ ਬਦਲ ਗਏ ਨੇ। ਪਰ ਸਾਡੀ ਸਦੀਆਂ ਪੁਰਾਣੀ ਇਸਤਰੀ ਪ੍ਰਤੀ, ਨਾਰੀ ਪ੍ਰਤੀ ਜਿਹੜੀ ਜ਼ਹਿਨੀਅਤ ਹੈ ਉਹ ਨਹੀਂ ਬਦਲੀ। ਅੱਜ ਚਾਰੋ ਪਾਸੇ ਅਖਬਾਰਾਂ ਪੜ੍ਹ ਲਓ, TV ਸੁਣ ਲਓ ਜਾਂ ਆਮ ਚਰਚਾਵਾਂ ਦੇ ਵਿੱਚ ਅਸੀਂ ਦੇਖਦੇ ਹਾਂ, ਭਰੂਣ ਹੱਤਿਆ ਦਾ ਚਾਹੇ ਵਿਰੋਧ ਹੋਵੇ, ਘਰੇਲੂ ਹਿੰਸਾ ਦੀ ਗੱਲ ਕਰੀਏ, ਉਹਨਾਂ ਬਾਰੇ ਕਾਨੂੰਨ ਵੀ ਬਣ ਰਹੇ ਨੇ, ਭਰੂਣ ਹੱਤਿਆ ਦੇ ਵੀ ਬਣ ਗਏ, ਘਰੇਲੂ ਹਿੰਸਾ ਦੀ ਰੋਕਥਾਮ ਲਈ ਵੀ ਕਾਨੂੰਨ ਬਣ ਰਹੇ ਨੇ, ਸੰਵਿਧਾਨ ਦੇ ਵਿੱਚ ਇਸਤਰੀਆਂ ਨੂੰ ਹੱਕ ਦਿੱਤੇ ਜਾ ਰਹੇ ਨੇ, ਰਾਜਨੀਤੀ ਦੇ ਵਿੱਚ ਇਸਤਰੀਆਂ ਦੀਆਂ ਜਿਹੜੀਆਂ ਸੀਟਾਂ ਨੇ ਉਹਦੀ ਰਿਜ਼ਰਵੇਸ਼ਨ ਹੋ ਰਹੀ ਹੈ। ਪਰ ਇੰਨਾ ਕੁਛ ਹੁੰਦੇ ਹੋਏ ਵੀ ਕੀ ਇਹਨਾਂ ਸਭ ਨਾਲ ਇਸਤਰੀ ਦੀ ਸਥਿਤੀ ਗਰਾਊਂਡ ਲੈਵਲ 'ਤੇ, ਜਦੋਂ ਅਸੀਂ ਆਸ ਪਾਸ ਆਪਣੇ ਘਰਾਂ ਵਿੱਚ, ਆਪਣੇ ਮੁਹੱਲਿਆਂ ਵਿੱਚ, ਕਲੋਨੀਆਂ ਵਿੱਚ ਦੇਖਦੇ ਹਾਂ, ਪਰ ਕੀ ਇਸ ਸਭ ਨਾਲ ਨਾਰੀ ਦੀ ਸਥਿਤੀ ਬਦਲ ਗਈ ਹੈ? ਜ਼ਰਾ ਜਿਹਾ ਆਪਣਾ ਸਿਰ ਨੀਵਾਂ ਕਰਕੇ ਇਹਦੇ ਚਿੰਤਨ ਕਰਨ ਦੀ ਜ਼ਰੂਰਤ ਹੈ। ਨਾਰੀ ਨਾਲ ਹੁੰਦੀਆਂ ਬੇਇਨਸਾਫੀਆਂ, ਨਿਤਸ਼ੇ ਨੇ, ਜਰਮਨ ਦਾ ਇੱਕ ਬੜਾ ਵੱਡਾ ਫਿਲੋਸਫਰ ਹੋਇਆ, ਕਿ ਉਹ ਕਹਿੰਦਾ ਕਿ ਜਦੋਂ ਉਹ ਇਸਤਰੀਆਂ ਦੀ ਦੇ ਬਾਰੇ ਜਦੋਂ ਵੇਖਦਾ, ਪੜ੍ਹਦਾ, ਸੁਣਦਾ ਉਹਨਾਂ ਨਾਲ ਜ਼ਿਆਦਤੀਆਂ, ਉਹ ਕਹਿੰਦਾ ਰੱਬ ਹੀ ਮਰ ਗਿਆ, ਉਹਦਾ ਡਰ ਹੀ ਖਤਮ ਹੋ ਗਿਆ। ਪਰ ਗੁਰੂ ਨਾਨਕ ਨੇ ਨਾਰੀ ਨੂੰ ਪੁਰਸ਼ ਦੇ ਬਰਾਬਰ ਹੀ ਨਹੀਂ, ਸਗੋਂ ਉਸ ਤੋਂ ਵਧੇਰੇ ਮਹੱਤਵਪੂਰਨ ਜਿਹੜਾ ਉਹਦੀ ਇਸਤਰੀ ਦਾ ਜੋ ਸਨਮਾਨ ਦਾ ਮੁੱਦਾ ਸਾਡੇ ਸਾਹਮਣੇ ਰੱਖਿਆ। ਭਾਰਤੀ ਇਤਿਹਾਸ ਵਿੱਚ ਪਹਿਲੀ ਵਾਰ ਇਹ ਹੋਇਆ, ਗੁਰੂ ਨਾਨਕ ਤੋਂ ਪਹਿਲੇ ਇਸਤਰੀਆਂ ਨੂੰ ਪੂਜਾ ਕਰਨ ਦੀ ਜਾਂ ਮੰਦਰਾਂ ਵਿੱਚ ਜਾਣ ਦੀ ਵੀ ਇਜਾਜ਼ਤ ਨਹੀਂ ਸੀ ਹੁੰਦੀ। ਗੁਰੂ ਨਾਨਕ ਸਾਹਿਬ ਨੇ ਪਹਿਲੀ ਵਾਰ ਆ ਕੇ ਇਸਤਰੀਆਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ। ਔਰ ਤੁਹਾਨੂੰ ਇਹ ਸਾਰਿਆਂ ਨੂੰ ਪਤਾ ਹੋਣਾ ਕਿ ਅੱਜ ਵਰਲਡ ਦੇ ਵਿੱਚ, ਪੂਰਾ ਵਿਸ਼ਵ ਵਿੱਚ ਇੱਕ ਇਸਤਰੀਆਂ ਦੇ ਅਧਿਕਾਰਾਂ ਪ੍ਰਤੀ ਸੁਚੇਤ ਕਰਨ ਲਈ 8 ਮਾਰਚ ਨੂੰ ਹਰ ਸਾਲ ਵੂਮੈਨ ਡੇ ਮਨਾਇਆ ਜਾਂਦਾ। ਮੈਂ ਹੁਣ ਪਿਛਲੇ ਕੁਛ ਟਾਈਮ ਤੋਂ ਦੇਖ ਰਿਹਾ ਕਿ ਮੇਰੀ ਨਜ਼ਰ ਵਿੱਚ ਕੁਛ ਗੁਰਦੁਆਰੇ ਵੀ ਆ ਗਏ ਨੇ ਕਿ 8 ਮਾਰਚ ਨੂੰ ਗੁਰਦੁਆਰਿਆਂ ਵਿੱਚ ਸੈਮੀਨਾਰ ਕਰਾਉਂਦੇ ਨੇ, ਖਾਸ ਕਰਕੇ 2-3 ਗੁਰਦੁਆਰਿਆਂ 'ਚ। ਇੱਕ ਗੁਰਦੁਆਰੇ ਦਾ ਤਾਂ ਇੱਥੇ ਬੈਠੇ ਵੀ ਨੇ ਜਨਰਲ ਸੈਕਟਰੀ ਸਾਹਿਬ ਸਰ ਅਮਰਜੀਤ ਸਿੰਘ ਜੀ, ਉਹ ਹਰ ਸਾਲ 8 ਮਾਰਚ ਨੂੰ ਪਹਿਲੇ ਇਸਤਰੀ ਸਤਸੰਗ ਹੁੰਦਾ ਉੱਥੇ। ਔਰ ਮੈਨੂੰ ਇਸ ਲਈ ਪਤਾ ਕਿ ਉਹ ਹਰ ਵਾਰ ਮੈਨੂੰ ਹੀ ਕਹਿੰਦੇ ਨੇ ਕਿ ਕੋਈ ਨਾ ਕੋਈ ਕੋਈ ਚੰਗਾ ਇੱਕ ਬੁਲਾਰਾ ਭਿਜਵਾ ਦਿਓ। ਤਾਂ ਮੈਂ ਕਦੀ ਡਾਕਟਰ ਬੇਅੰਤ ਕੌਰ ਨੂੰ, ਕਦੀ ਮਹਿੰਦਰ ਕੌਰ ਗਿੱਲ ਨੂੰ, ਕਿ ਉਹ ਇਸਤਰੀਆਂ ਦੇ ਬਾਰੇ, ਉਹ ਨਾਰੀ ਚੇਤਨਾ ਬਾਰੇ, ਨਾਰੀ ਫਰਜ਼ਾਂ ਬਾਰੇ, ਅਧਿਕਾਰਾਂ ਪ੍ਰਤੀ ਉੱਥੇ। ਪਰ ਬੜੀ ਅੱਛੀ ਗੱਲ ਹੈ, ਇਹ 8 ਮਾਰਚ 1908 ਤੋਂ ਸ਼ੁਰੂ ਹੋਇਆ ਸੀ, ਜਦੋਂ ਅਮਰੀਕਾ ਦੀ ਕੱਪੜੇ ਦੀ ਮਿੱਲਾਂ ਦੇ ਵਿੱਚ ਕੁਛ ਇਸਤਰੀਆਂ ਕੰਮ ਕਰਦੀਆਂ ਸਨ, ਉਹਨਾਂ ਨਾਲ ਜ਼ਿਆਦਤੀਆਂ ਹੋਈਆਂ। ਇੰਡੀਆ ਵਿੱਚ ਇਹ 8 ਮਾਰਚ 1943 ਤੋਂ ਸ਼ੁਰੂ ਹੋਇਆ ਵੂਮੈਨ ਡੇ। ਪਰ ਇਸਤਰੀਆਂ ਨੂੰ ਸਤਿਕਾਰ ਦੇਣ ਲਈ ਪੂਰੀ ਮਨੁੱਖਤਾ ਨੂੰ ਸੁਚੇਤ ਕੀਤਾ ਗੁਰੂ ਨਾਨਕ ਨੇ। ਔਰ ਗੁਰੂ ਨਾਨਕ ਨੇ ਤਾਂ ਇੱਕ ਨਾਰਾ ਹੀ ਦੇ ਦਿੱਤਾ, ਜਾਗ ਸਲੋਨੜੀਏ।
ਔਰ ਗੁਰੂ ਨਾਨਕ ਨੇ ਸਾਨੂੰ ਇੱਕ ਮੈਸੇਜ ਦਿੱਤਾ, ਕੱਲ੍ਹ ਗੱਲ ਹੋ ਰਹੀ ਸੀ ਨਾ ਹਿਡਨ ਮੈਸੇਜ ਦੀ, ਇੱਕ ਮੈਸੇਜ ਦਿੱਤਾ ਸੀ ਕਿ ਮੇਕ ਐਵਰੀ ਡੇ ਵੂਮੈਨ ਡੇ, ਕਿ ਸਾਡਾ ਤਾਂ ਰੋਜ਼ ਹੀ ਵੂਮੈਨ ਡੇ। ਸਿੱਖ ਜਿਹੜਾ ਹੈ, ਜਿਹੜਾ ਗੁਰੂ ਨਾਨਕ ਦਾ ਨੂੰ ਸਮਝਣ ਵਾਲਾ, ਗੁਰੂ ਨਾਨਕ ਨੂੰ ਪੜ੍ਹਨ ਵਾਲਾ, ਉਹਨੂੰ ਤਾਂ ਮੇਕ ਐਵਰੀ ਡੇ ਵੂਮੈਨ ਡੇ। ਤੋ ਇਸ ਲੈਕਚਰ ਲਈ ਭਾਵਨਾ ਮਲਿਕ ਜੀ ਨੂੰ, ਜਿਹੜੇ ਪਹਿਲੇ ਇੱਥੋਂ ਸਟੂਡੈਂਟ ਤੋਂ ਉਹਨਾਂ ਨੇ ਸ਼ੁਰੂ ਕੀਤਾ, ਭਾਵਾਂ ਕਿ ਉਹ ਬੜੇ ਯੋਗ ਨੇ ਸਪਿਰਚੁਐਲਿਟੀ 'ਤੇ ਔਰ ਰਿਲੀਜਨ 'ਤੇ, ਪਾਇਨੀਅਰ ਅਖਬਾਰ ਦੇ ਜਰਨਲਿਸਟ ਨੇ, ਔਰ ਇਹਨਾਂ ਨੇ ਇਹ ਵਾਲਾ ਸਾਡਾ ਕੋਰਸ ਕੀਤੇ ਦੋ, ਉਸ ਤੋਂ ਬਾਅਦ ਐੱਮ ਏ ਰਿਲੀਜਨ ਕੀਤੀ ਪੰਜਾਬੀ ਯੂਨੀਵਰਸਿਟੀ ਤੋਂ। ਉੱਥੋਂ ਇਹ ਪੂਰੀ ਯੂਨੀਵਰਸਿਟੀ ਦੇ ਵਿੱਚ ਇਹ ਗੋਲਡ ਮੈਡਲਿਸਟ ਸੀ, ਪੂਰੀ ਯੂਨੀਵਰਸਿਟੀ ਨੂੰ ਇਹਨਾਂ ਨੇ ਟੌਪ ਕੀਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਹੈ ਔਰ ਪੰਜਾਬ ਦੇ ਔਰ ਸਾਰੇ ਆਲ ਓਵਰ ਇੰਡੀਆ ਦੇ ਉੱਥੇ ਸਟੂਡੈਂਟ ਨੇ। ਪਰ ਤੁਹਾਨੂੰ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਲਿਆ ਕਿ ਪਿਛਲੇ 5-7 ਸਾਲਾਂ ਵਿੱਚ 4 ਸਾਲ ਸਾਡੇ ਦਿੱਲੀ ਗੁਰਮਤ ਕਾਲਜ ਦੇ ਸਟੂਡੈਂਟ ਜਿਹੜੇ ਨੇ ਉਹ ਗੋਲਡ ਮੈਡਲਿਸਟ ਹੋਏ ਨੇ ਔਰ ਇੱਥੇ ਪੂਰਾ ਫਸਟ ਹੋਏ ਨੇ। ਇਸ ਕਲਾਸ ਤੋਂ ਔਰ ਐੱਮ ਏ ਰਿਲੀਜਨ ਕਰਦੇ ਹੋਏ ਸਿੱਖੀਜ਼ਮ ਤੋਂ ਇੰਸਪਾਇਰ ਹੋ ਕੇ ਹੀ ਭਾਵਨਾ ਮਲਿਕ ਜੀ ਨੇ ਆਰਟੀਕਲ ਲਿਖਿਆ ਫਰੋਮ ਓਮ ਟੂ ਏਕ ਓਮਕਾਰ। ਇਹ ਬੰਬੇ ਦੀ ਮੈਗਜ਼ੀਨ ਹੈ ਔਰ ਆਲ ਓਵਰ ਵਰਲਡ ਜਾਂਦੀ ਹੈ। ਇਹ ਮੈਗਜ਼ੀਨ ਅਮੇਰੀਕਾ ਵਿੱਚ ਕਿਸੇ ਨੇ ਪੜ੍ਹਿਆ, ਉਹਨਾਂ ਨੇ ਸਿੱਖ ਰਿਵਿਊ ਵਾਲਿਆਂ ਨੂੰ, ਕਲਕੱਤਾ ਤੋਂ ਛਪਦਾ ਜਿਹੜਾ ਸਿੱਖ ਰਿਵਿਊ, ਮੈਂ ਤੁਹਾਨੂੰ ਇਹ ਵੀ ਬੇਨਤੀ ਕਰਾਂਗਾ ਕਿ ਮੈਂ ਇੱਥੇ ਸਟਾਲ ਲੱਗ ਜਾਏਗਾ, ਮੈਂ ਉਹਨਾਂ ਨੂੰ ਕਹਾਂਗਾ ਸਿੱਖ ਰਿਵਿਊ ਵੀ ਸਿਰਫ 200 ਰੁਪਏ ਉਹਦੀ ਸਬਸਕ੍ਰਿਪਸ਼ਨ ਹੈ, ਤੁਸੀਂ ਜ਼ਰੂਰ ਉਹ ਮੈਗਜ਼ੀਨ ਪੜ੍ਹੋ। ਸਿੱਖਾਂ ਦਾ ਇੱਕੋ ਇੱਕ ਮੈਗਜ਼ੀਨ ਹੈ ਇੰਗਲਿਸ਼ ਦਾ ਜਿਹੜਾ ਆਲ ਓਵਰ ਵਰਲਡ ਚੱਲਦਾ, ਔਰ ਉਹਦਾ ਇੱਕ ਇੱਕ ਆਰਟੀਕਲ ਜਿਹੜਾ ਉਹ ਲਾਇਬ੍ਰੇਰੀ ਵਿੱਚ ਸਾਂਭਣ ਵਾਲਾ ਸਿੱਖ ਰਿਵਿਊ, ਉਹਦੇ ਵਿੱਚ ਫਿਰ ਇਹ ਆਰਟੀਕਲ ਛਪਿਆ ਸੀ ਫਰੋਮ ਓਮ ਟੂ ਏਕ ਓਮਕਾਰ। ਤੋ ਮੈਂ ਭਾਵਨਾ ਮਲਿਕ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਅੱਜ ਦੇ ਇਸ ਟੋਪਿਕ ਨੂੰ ਆ ਕੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਕਰਤਾ ਮੋਹੋਂ ਆਪ ਕਢਾਏ। ਆਈ ਐਮ ਥੈਂਕਫੁਲ ਟੂ ਚੇਅਰਮੈਨ ਸਰ, ਜਿਨ੍ਹਾਂ ਨੇ ਮੈਨੂੰ ਇਸ ਵਿਸ਼ੇ 'ਤੇ ਬੋਲਣ ਦਾ ਮੌਕਾ ਦਿੱਤਾ, ਅਤੇ ਮੈਨੂੰ ਪੜ੍ਹਨਾ ਪਿਆ। ਮੈਂ ਨਹੀਂ ਕਹਿ ਸਕਦੀ ਕਿ ਮੈਨੂੰ ਆਲਰੇਡੀ ਪਤਾ ਸੀ, ਐਂਡ ਆਈ ਰਿਅਲਾਈਜ਼ਡ ਕਿ ਇਹ ਬਹੁਤ ਵਾਸਟ ਹੈ। ਇਹਦੇ ਵਿੱਚ ਔਰਤ ਦਾ ਜੋ ਸੰਕਲਪ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਵਿਸ਼ਾਲ ਹੈ। ਇੱਕ ਪੰਜਾਬੀ ਦੀ ਕਵਿਤਾ ਦੀ 4 ਲਾਈਨਸ ਤੋਂ ਮੈਂ ਆਪਣੀ ਗੱਲ ਨੂੰ ਸ਼ੁਰੂ ਕਰਾਂਗੀ। ਐਂਡ ਆਈ ਵਿਸ਼ ਕਿ ਹਰ ਔਰਤ ਨੂੰ ਇਹ ਆਪਣੇ ਟੇਬਲ ਦੇ ਉੱਤੇ ਲਗਾ ਲੈਣੀ ਚਾਹੀਦੀ ਹੈ। ਜੋ ਲਾਵੇ ਫੱਟਾਂ 'ਤੇ ਮਲਹਮ ਮੈਂ ਉਹ ਬਾਤ ਹਾਂ, ਜੋ ਟਲ ਕੇ ਨਵੀਂ ਸਵੇਰ ਲਿਆਏ ਮੈਂ ਉਹ ਰਾਤ ਹਾਂ। ਛੱਡ ਜਾਂਦੇ ਨੇ ਲੋਕ ਅਤੇ ਰਿਸ਼ਤੇ ਬਣਾ ਕੇ, ਜੋ ਜੋੜੇ ਟੁੱਟੇ ਰਿਸ਼ਤਿਆਂ ਦੀ ਤੰਦ ਨੂੰ ਮੈਂ ਉਹ ਔਰਤ ਜ਼ਾਤ ਹਾਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 3 ਸੰਕਲਪ ਬਿਲਕੁਲ ਪ੍ਰੋਮੀਨੈਂਟ ਤੌਰ 'ਤੇ ਸਾਹਮਣੇ ਆਉਂਦੇ ਨੇ। ਪਹਿਲਾਂ ਪਰਮਾਤਮਾ ਦਾ ਸੰਕਲਪ, ਤੁਹਾਡਾ ਲੈਕਚਰ ਹੋਇਆ ਹੋਏਗਾ ਕਿ ਉਹ ਸਰਗੁਣ ਹੈ ਨਿਰਗੁਣ ਹੈ। ਸੈਕਿੰਡ ਜਗਤ, ਉਹ ਟੈਂਪਰੇਰੀ ਹੈ, ਸੱਚ ਹੈ ਜਾਂ ਝੂਠ ਹੈ। ਔਰ ਤੀਸਰਾ ਗੁਰਮੁਖ ਆਈਡਲ ਮੈਨ, ਇਹ ਸਾਨੂੰ ਹਰ ਧਰਮ ਗ੍ਰੰਥ 'ਚ ਮਿਲਦਾ, ਲੇਕਿਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੁਮਨ ਦਾ ਜਿਹੜਾ ਸੰਕਲਪ ਹੈ, ਔਰਤ ਦਾ ਸੰਕਲਪ ਹੈ, ਉਹ ਬਹੁਤ ਜ਼ਿਆਦਾ ਕਲੀਅਰ। ਔਰ ਵੁਮਨ ਦੀ ਪੂਰੀ ਜਰਨੀ ਗੁਰੂ ਸਾਹਿਬ ਨੇ ਟਰੇਸ ਕੀਤੀ ਹੋਈ ਹੈ। ਸੁਹਾਗਨ ਦੁਹਾਗਨ ਸੁਚੱਜੀ ਕੁਚੱਜੀ ਗੁਣਵੰਤੀ 32 ਸੁਲੱਖਣੀ, ਪੂਰੇ ਉਹਨਾਂ ਨੇ ਉਹਦੇ ਕੋਨਸੈਪਟ ਔਰ ਉਹਦੀ 32 ਕੁਆਲਿਟੀਜ਼ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੋਈ ਹੈ। ਸਾਡੀ ਪ੍ਰੋਬਲਮ ਇੱਥੇ ਆ ਕੇ ਖੜੀ ਹੋ ਜਾਂਦੀ ਹੈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਜੋੜ ਦਿੱਤਾ ਹੈ ਧਰਮ ਔਰ ਅਧਿਆਤਮ ਦੇ ਨਾਲ, ਔਰ ਸਾਨੂੰ ਲੱਗਦਾ ਹੈ ਕਿ ਸਾਡੀ ਰੀਅਲ ਲਾਈਫ ਦੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਕੋਈ ਮੈਸੇਜ ਨਹੀਂ ਹੈ, ਪ੍ਰੈਕਟੀਕਲ ਨਹੀਂ ਹੈ। ਐਸਾ ਨਹੀਂ ਹੈ। ਇਹਦੇ ਵਿੱਚ ਸਾਨੂੰ ਅੱਜ ਜੋ ਵੀ ਪ੍ਰੋਬਲਮਸ ਅਸੀਂ ਫੇਸ ਕਰ ਰਹੇ ਹਾਂ, ਪ੍ਰੋਬਲਮਸ ਦਾ ਵੀ ਜ਼ਿਕਰ ਹੈ ਔਰ ਨਾਲ ਹੀ ਗੁਰੂ ਸਾਹਿਬ ਨੇ ਸਾਨੂੰ ਸੋਲਿਊਸ਼ਨ ਵੀ ਦਿੱਤੇ ਹੋਏ ਨੇ। ਅਸੀਂ ਆਮ ਤੌਰ 'ਤੇ ਸਿੱਖ ਵੁਮਨ ਦੇ ਸੈਮੀਨਾਰਸ ਦੇ ਉੱਤੇ ਜਦੋਂ ਜਾਂਦੇ ਹਾਂ ਤਾਂ ਅਸੀਂ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ, 4 ਪੰਕਤੀਆਂ ਆਸਾ ਕੀ ਵਾਰ ਦੀ ਪੜ੍ਹ ਕੇ ਸਾਨੂੰ ਲੱਗਦਾ ਅਸੀਂ ਜਸਟਿਸ ਕਰ ਦਿੱਤੀ ਹੈ। ਐਸਾ ਨਹੀਂ ਹੈ। ਵੁਮਨ ਦੇ ਬਹੁਤ ਸਾਰੇ ਕੋਨਸੈਪਟ, ਸਿੰਗਲ ਵੁਮਨ ਉਹਦੇ ਆ ਗ੍ਰਸਤ ਕੈਸਾ, ਐਜ਼ ਆ ਮਦਰ ਉਹ ਕੈਸੀ ਹੈ, ਉਹਦਾ ਕੀ ਰੋਲ ਹੈ। ਅਸੀਂ ਆਪਣੇ ਰਾਈਟਸ ਦੀ ਜਦੋਂ ਗੱਲ ਕਰ ਰਹੇ ਹਾਂ ਤਾਂ ਮੇਰੇ ਰਾਈਟਸ ਦੇ ਨਾਲ ਮੇਰੇ ਰੋਲ ਵੀ ਜੁੜਿਆ ਹੋਇਆ, ਔਰ ਮੇਰੇ ਰੋਲ ਦੇ ਨਾਲ ਮੇਰੀ ਰਿਸਪੋਂਸੀਬਿਲਟੀ ਵੀ ਜੁੜੀ ਹੋਈ ਹੈ। ਅੱਜ ਦੀ ਜਿੰਨੀ ਯੰਗਰ ਜਨਰੇਸ਼ਨ ਹੈ ਉਹ ਸਾਰੇ ਵੁਮਨ ਔਫ ਸਬਸਟੈਂਸ ਦੀ ਗੱਲ ਕਰਦੇ ਨੇ, ਤਾਂ ਵੁਮਨ ਔਫ ਸਬਸਟੈਂਸ ਜਿਹੜੀ ਹੈ ਸਿੱਖ ਵੁਮਨ ਦੇ ਵਿੱਚ ਜੋ ਕਾਨਸੈਪਟ ਗੁਰੂ ਸਾਹਿਬ ਨੇ ਦਿੱਤਾ, ਉਹ ਕਾਨਸੈਪਟ ਜਿਹੜਾ ਹੈ ਹਿਊਮਨ ਰਿਸੋਰਸ ਦੀ ਗੱਲ ਗੁਰੂ ਸਾਹਿਬ ਨੇ ਕਰ ਦਿੱਤੀ ਹੈ। ਸੋ ਕਿਉਂ ਮੰਦਾ ਆਖੀਏ ਤੋਂ ਪਹਿਲੇ ਗੁਰੂ ਸਾਹਿਬ ਨੇ ਸਾਨੂੰ ਕਿਹਾ ਏਕ ਏ ਕੰਨ ਸਭਾਏ ਨਾਲ। ਇੱਥੇ ਅਸੀਂ ਇਹ ਐਸਪੈਕਟ ਲੈ ਲੈਂਦੇ ਹਾਂ ਕਿ ਮਰਦ ਔਰ ਔਰਤ ਨੂੰ ਉਹਨਾਂ ਨੇ ਬਰਾਬਰੀ ਦੇ ਦਿੱਤੀ।
ਬਰਾਬਰੀ ਦੇ ਨਾਲ ਨਾਲ ਗੁਰੂ ਸਾਹਿਬ ਨੇ ਸਾਨੂੰ ਇੱਕ ਮੈਸੇਜ ਦੇ ਦਿੱਤਾ, ਬੀ ਐਨ ਇੰਡੀਵਿਜੁਅਲ ਫਸਟ ਐਂਡ ਅ ਜੈਂਡਰ ਲੇਟਰ। ਜੈਂਡਰ ਅਸੀਂ ਕਿਉਂ ਬਣਦੇ ਹਾਂ ਕਿ ਉਹਨਾਂ ਨੇ ਜੈਂਡਰ ਵਾਸਤੇ ਸਾਨੂੰ ਫੈਮਿਨਿਨ ਵਰਚੂਸ ਔਰ ਫੈਮਿਨਿਨ ਕੁਆਲਿਟੀਜ਼ ਦਿੱਤੀਆਂ ਹੋਈਆਂ ਨੇ। ਅਸੀਂ ਕਹਿੰਦੇ ਹਾਂ ਅਸੀਂ ਬਰਾਬਰ ਹਾਂ, ਅਤੇ ਮਤਲਬ ਇੱਕ ਔਰਤ ਇੱਕ ਇੰਡੀਵਿਜੁਅਲ ਵੀ ਹੈ, ਅਤੇ ਉਹਦੀ ਮੋਰਲ, ਸੋਸ਼ਲ, ਇਕਨੋਮਿਕ, ਇਮੋਸ਼ਨਲ, ਸਪਿਰਿਚੁਅਲ ਸਾਰੀ ਡਿਵੈਲਪਮੈਂਟ ਦੀ ਗੱਲ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀਤੀ ਹੋਈ ਆ। ਉਸ ਤੋਂ ਬਾਅਦ ਜਦੋਂ ਅਸੀਂ ਇਹਨੂੰ ਪੜ੍ਹਨਾ ਮੈਂ ਸ਼ੁਰੂ ਕੀਤਾ, ਤੁਸੀਂ ਉਹ ਕਿਉਂ ਮੰਨਦਾ ਆਖੀ ਦੇ ਇਲਾਵਾ ਜੋ ਗੱਲ, ਹੁਣ ਜਿਵੇਂ ਇਹਨਾਂ ਨੇ ਚੇਅਰਮੈਨ ਸਰ ਨੇ ਕਿਹਾ ਕਿ ਜਾਗ ਸਲੋਂਦੜੀ ਦੀ ਗੱਲ ਕੀਤੀ ਕਿ ਗੁਰੂ ਸਾਹਿਬ ਨੇ ਸਾਨੂੰ ਹੱਕਾਂ ਪ੍ਰਤੀ ਸੁਚੇਤ ਕਰਤਾ ਔਰ ਜਗਾਇਆ, ਉਹਨਾਂ ਨੇ ਸਾਡੀ ਮਾਨਸਿਕਤਾ ਨੂੰ ਜਗਾਇਆ ਜਿਹੜੀ ਅੱਜ ਵੀ ਸੋਈ ਹੋਈ ਹੈ। ਮਾਨਸਿਕਤਾ ਸਾਡੀ ਅੱਜ ਵੀ ਗੁਲਾਮ ਹੈ। ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸਿਆਰ, ਸੁੱਚ ਸੰਜਮ ਸੀਲ ਪੰਨੀ। ਕੁਆਲਿਟੀਜ਼ ਦੀ ਗੱਲ ਇੱਥੇ ਗੁਰੂ ਸਾਹਿਬ ਨੇ ਕੀਤੀ ਹੈ ਕਿ ਅਗਰ ਮਰਦਾਂ ਦੀ ਮਾਨਸਿਕਤਾ ਖਰਾਬ ਹੋ ਚੁੱਕੀ ਹੈ ਅਤੇ ਔਰਤਾਂ ਦੀ ਵੀ ਮਾਨਸਿਕਤਾ ਖਰਾਬ ਹੈ। ਅੱਜ ਅਸੀਂ ਜੋ ਭਰੂਣ ਹੱਤਿਆ ਦੀ ਗੱਲ ਕਰ ਰਹੇ ਹਾਂ, ਮੋਸਟਲੀ ਅਸੀਂ ਮੇਲ ਕਮਿਊਨਿਟੀ ਨੂੰ ਬਲੇਮ ਕਰ ਰਹੇ ਹਾਂ, ਲੇਕਿਨ ਅਸੀਂ ਇੱਕ ਐਸਪੈਕਟ ਦੇਖ ਰਹੇ ਹਾਂ। ਦੂਸਰਾ ਐਸਪੈਕਟ ਹੈ ਕਿ ਔਰਤ ਦੀ ਮਾਨਸਿਕਤਾ ਵੀ ਇਹੀ ਹੈ ਕਿ ਉਹਨੂੰ ਵੀ ਲੜਕਾ ਹੀ ਚਾਹੀਦਾ ਹੁੰਦਾ। ਬਹੁਤ ਸਾਰੇ ਕੇਸਿਸ ਦੇ ਵਿੱਚ ਉਹਦੀ ਅਬੋਰਸ਼ਨ ਜਿਹੜੀ ਹੈ ਆਪਣੀ ਮਰਜ਼ੀ ਨਾਲ ਵੀ ਹੋ ਰਹੀ ਹੈ, ਜ਼ਰੂਰੀ ਨਹੀਂ ਹੈ ਕਿ ਉਹਦੀ ਅਬੋਰਸ਼ਨ ਉਹਦਾ ਹਸਬੈਂਡ ਹੀ ਜਾ ਕੇ ਕਰਾ ਰਿਹਾ। ਅੱਜ ਅਗਰ ਅਸੀਂ ਦੇਖੀਏ ਤਾਂ ਵੂਮਨ ਔਫ ਸਬਸਟੈਂਸ ਅਸੀਂ ਕਿਹਨੂੰ ਕਹਿੰਦੇ ਹਾਂ? ਅਗਰ ਤੁਸੀਂ ਕਿਸੇ ਵੀ ਲੇਡੀ ਲੜਕੀ ਨੂੰ ਪੁੱਛੋਗੇ ਜੋ ਐਜੂਕੇਟਿਡ ਹੈ, ਫਾਈਨੈਂਸ਼ਲੀ ਜੋ ਇੰਡੀਪੈਂਡੈਂਟ ਹੈ, ਜੋ ਆਪਣਾ ਅਰਨ ਕਰ ਰਹੀ ਹੈ, ਜੋ ਆਪਣੇ ਡਿਸੀਜਨ ਖੁਦ ਲੈ ਸਕਦੀ ਹੈ, ਆਪਣੀ ਲਾਈਫ ਦੇ ਬਾਰੇ 'ਚ ਖੁਦ ਸੋਚ ਸਕਦੀ ਹੈ, ਇਹ ਤਾਂ ਸਾਡੇ ਸਾਹਮਣੇ ਬਹੁਤ ਕਲੀਅਰ ਹੈ। ਅਸੀਂ ਐਜੂਕੇਸ਼ਨ ਹੋ ਗਈ, ਸਾਡਾ ਪ੍ਰੋਫੈਸ਼ਨ ਵੀ ਹੋ ਗਿਆ, ਅਸੀਂ ਡਾਕਟਰਸ, ਲਾਇਰਸ, ਮੈਨੇਜਰਸ, ਰਾਈਟਰਸ ਸਾਰੇ ਕੁਝ ਬਣ ਚੁੱਕੇ ਹਾਂ, ਔਰ ਆਪਣੀ ਲਾਈਫ ਦੇ ਡਿਸੀਜਨ ਬਹੁਤ ਹੱਦ ਤੱਕ ਸਾਨੂੰ ਆਪਣੇ ਲਾਈਫ ਪਾਰਟਨਰ ਚੁਣਨ ਦੀ ਆਜ਼ਾਦੀ ਵੀ ਹੁਣ ਸਾਡੇ ਪੇਰੈਂਟਸ ਨੇ ਦਿੱਤੀ ਹੋਈ ਹੈ। ਲਵ ਮੈਰਿਜਸ ਕੋਈ ਬੁਰੀਆਂ ਨਹੀਂ, ਆਈ ਐਮ ਨੋਟ ਕ੍ਰਿਟੀਸਾਈਜ਼ਿੰਗ ਐਨੀਥਿੰਗ, ਲੇਕਿਨ ਅੱਜ ਇੰਨੇ ਇੰਪਾਵਰਮੈਂਟ ਹੋਣ ਤੋਂ ਬਾਅਦ, ਇੰਨੀ ਲਿਬਰੇਸ਼ਨ ਹੋਣ ਤੋਂ ਬਾਅਦ ਮੇਰੇ ਆਸ ਪਾਸ ਰੇਪ ਹੈ, ਮੇਰੇ ਆਸ ਪਾਸ ਕਿਡਨੈਪਿੰਗ ਹੈ, ਫੀਮੇਲ ਫੀਟੀਸਾਈਡ ਹੈ, ਮੈਂ ਇੰਪਾਵਰਡ ਹਾਂ ਅਤੇ ਮੇਰਾ ਡਿਵੋਰਸ ਹੈ, ਐਕਸਟਰਾ ਮੈਰੀਟਲ ਰਿਲੇਸ਼ਨ ਹਨ, ਪ੍ਰੀ ਮੈਰੀਟਲ ਸੈਕਸ ਹੈ, ਪ੍ਰੀ ਮੈਰੀਟਲ ਅਬੋਰਸ਼ਨਸ ਹਨ। ਅਗਰ ਅਸੀਂ ਇੰਨੇ ਇੰਪਾਵਰਡ ਹਾਂ ਅਤੇ ਮੇਰੇ ਨਾਲ ਇਰਦ ਗਿਰਦ ਪ੍ਰੋਬਲਮਸ ਕਿਉਂ ਆ ਰਹੀਆਂ ਨੇ ਔਰ ਮੈਂ ਇਹਨੂੰ ਹੈਂਡਲ ਕਿਉਂ ਨਹੀਂ ਕਰ ਸਕਦੀ? ਜੋ ਗੁਰੂ ਸਾਹਿਬ ਦਾ ਕੋਨਸੈਪਟ ਸਾਡੇ ਸਾਹਮਣੇ, ਵੁਮੈਨ ਇੰਪਾਵਰਮੈਂਟ, ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵੀਆ ਕਿੰਨੀ ਗੁਣੀ ਜੀ, ਸਹਿਜ ਸੰਤੋਖ ਸਿਗਾਰੀਆ ਮਿੱਠਾ ਬੋਲਣੀ। ਗੁਰੂ ਸਾਹਿਬ ਨੇ ਵੁਮੈਨ ਇੰਪਾਵਰਮੈਂਟ ਨੂੰ, ਔਰਤ ਨੂੰ ਜੋੜਿਆ ਵਰਚੂਸ ਦੇ ਨਾਲ ਔਰ ਕੁਆਲਿਟੀਜ਼ ਦੇ ਨਾਲ। ਸਹਿਜ ਇਜ਼ ਨੋਟ ਈਜ਼ੀ, ਸਹਿਜ ਕੋਈ ਇੱਕ ਦਿਨ 'ਚ ਨਹੀਂ ਆਏਗਾ, ਸਹਿਜ ਇੱਕ ਇਨਰ ਬੈਲੈਂਸ ਹੈ, ਸਹਿਜ ਇੱਕ ਸਟੇਟ ਹੈ, ਇੱਕ ਅਵਸਥਾ ਹੈ। ਸੰਤੋਖ ਇਜ਼ ਕੰਟੈਂਟਮੈਂਟ, ਇਹ ਵੀ ਸਾਡੀ ਵਰਚੂ ਹੈ ਸਿੱਖ ਵੈਲਿਊ ਸਿਸਟਮ ਦੇ ਵਾਸਤੇ। ਇਹ ਮੇਲ ਔਰ ਫੀਮੇਲ ਵਾਸਤੇ, ਦੋਨਾਂ ਵਾਸਤੇ ਗੁਰੂ ਸਾਹਿਬ ਨੇ ਕਿਹਾ ਹੋਇਆ ਕਿ ਇਹ ਨਹੀਂ ਕਿ ਅਸੀਂ ਫੀਮੇਲ, ਲੇਕਿਨ ਇੱਥੇ ਸਪੈਸੀਫਿਕਲੀ ਆਈ ਡੀਲ ਵਿਦ ਵੁਮਨ। ਤੋ ਸਿਗਾਰਿਆ, ਸ਼ਿੰਗਾਰ ਜਿਹੜਾ ਹੈ ਉਹ ਗੁਰੂ ਸਾਹਿਬ ਨੇ ਆਊਟਵਰਡ ਬਿਊਟੀ ਦੀ ਗੱਲ ਨਹੀਂ ਕੀਤੀ ਹੋਈ। ਅੱਜ ਅਸੀਂ ਆਊਟਵਰਡ ਬਿਊਟੀ ਦੇ ਉੱਤੇ ਸਾਡਾ ਫੋਕਸ, ਇਟ ਇਜ਼ ਨੋਟ ਬੈਡ। ਅਗਰ ਅਸੀਂ 32 ਸੁਲੱਖਣੀ ਦੇਖਦੇ ਹਾਂ ਤਾਂ ਉਹਦੇ ਵਿੱਚ ਗੁਰੂ ਸਾਹਿਬ ਨੇ ਸੁੰਦਰਤਾ, ਸੁੱਚਤਾ, ਸਵੱਛਤਾ ਸਾਰੀ ਚੀਜ਼ ਕਹੀ, ਉਹਨਾਂ ਨੇ ਕਿਤੇ ਨਹੀਂ ਕਿਹਾ ਕਿ ਔਰਤ ਨੂੰ ਬਦਸੂਰਤ ਹੋਣਾ ਚਾਹੀਦਾ। ਲੇਕਿਨ ਪੂਰਾ ਫੋਕਸ ਮੇਰਾ ਅਗਰ ਆਊਟਵਰਡ ਬਿਊਟੀ ਦੇ ਉੱਤੇ ਹੀ ਹੈ, ਜਿਵੇਂ ਕਬੀਰ ਸਾਹਿਬ ਕਹਿੰਦੇ ਹਨ, ਹਾੜ ਜਲੇ ਜੂ ਲਾਕੜੀ, ਕੇਸ ਜਲੇ ਜੂ ਘਾਸ, ਇਹ ਤਾਂ ਸਾਡਾ ਬਿਊ, ਜੋ ਆਊਟਵਰਡ ਮੇਰੀ ਬਿਊਟੀ ਹੈ ਪਹਿਲੇ ਤਾਂ ਪੈਰਿਸ਼ ਹੋਏਗੀ ਸਲੋਲੀ ਐਂਡ ਗ੍ਰੈਜੂਅਲੀ ਕੱਟੇਗੀ, ਫਿਰ ਇੱਕ ਦਿਨ ਖਤਮ ਹੋ ਜਾਏਗੀ। ਅਤੇ ਵਰਚੂ ਤਾਂ ਬਾਬਾ ਫਰੀਦ ਨੂੰ ਵੀ ਉਹਨਾਂ ਨੇ ਕਿਹਾ ਨਾ, ਕਵਨ ਸੋ ਅੱਖਰ ਕਵਨ ਗੁਣ ਨਿਵਨ ਸੋ ਅੱਖਰ, ਮਤਲਬ ਹਿਊਮਿਲਿਟੀ। ਔਰ ਪ੍ਰੋਬਲਮ ਮੇਰੀ ਜਾਂ ਹਰ ਔਰਤ ਦੀ ਇਹ ਹੋ ਗਈ ਹੈ ਕਿ ਜੋ ਮੇਰੀ ਵਰਚੂਜ਼ ਹਨ, ਜੋ ਮੇਰੀ ਕੁਆਲਿਟੀਜ਼ ਹਨ, ਮੈਂ ਉਹਨਾਂ ਨੂੰ ਆਪਣੀ ਵੀਕਨੈਸ ਸਮਝ ਕੇ ਡਿਸਕਾਰਡ ਕਰਦੀ ਜਾ ਰਹੀ ਹਾਂ। ਔਰ ਵੁਮੈਨ ਇੰਪਾਵਰਮੈਂਟ ਦੀ ਇੱਕ ਤਰ੍ਹਾਂ ਦੀ ਮਿਸਅੰਡਰਸਟੈਂਡਿੰਗ ਹੈ। ਜਿਹੜੀ 18th century ਦੇ ਵਿੱਚ ਫੈਮਿਨਿਸਟ ਮੂਵਮੈਂਟ ਸਟਾਰਟ ਹੋਈ ਸੀ, ਉਹ ਸਟਾਰਟ ਹੋਈ ਸੀ, ਤੁਸੀਂ ਉਹਦਾ ਲਿਟਰੇਚਰ ਨੈੱਟ 'ਤੇ ਪੜ੍ਹ ਸਕਦੇ ਹੋ ਕਿ ਉਹਦੀ ਹਿਸਟਰੀ ਕੀ ਹੈ, ਉਹ ਸਟਾਰਟ ਹੋਈ ਸੀ ਔਰਤ ਦੀ ਕੁਆਲਿਟੀਜ਼ ਤੋਂ। ਅਗਰ ਅਸੀਂ ਕਹਿੰਦੇ ਹਾਂ ਕਿ ਇਹ ਵੀ ਇੱਕ ਇਨਸਾਨ ਹੈ, ਅਤੇ ਇੱਕ ਇਨਸਾਨ ਦੇ ਨਾਲ ਹਮੇਸ਼ਾ ਉਹਦੀ ਕੁਆਲਿਟੀਜ਼ ਜੁੜੀਆਂ ਹੁੰਦੀਆਂ। ਅਸੀਂ ਇਹ ਨਹੀਂ ਕਹਿੰਦੇ ਕਿ ਇਹ ਬਹੁਤ ਖੂਬਸੂਰਤ ਹੈ ਅਤੇ ਇਹਨੂੰ ਤੁਸੀਂ ਤੰਗ ਨਹੀਂ ਕਰੋ, ਇਟ ਇਜ਼ ਨਾ ਵੇ ਲਾਈਕ ਦਿਸ। ਕੁਆਲਿਟੀਜ਼ ਤੋਂ, ਵੁਮੈਨ ਦੀ ਵਰਚੂਜ਼ ਤੋਂ ਸ਼ੁਰੂ ਹੋ ਕੇ ਸਲੋਲੀ ਐਂਡ ਗ੍ਰੈਜੂਅਲੀ ਉਹਦਾ ਜਿਹੜਾ ਸ਼ਿਫਟ ਸੀ, ਉਹ ਵੁਮੈਨ ਦੇ ਨਾਲ ਜੋ ਇਨਜਸਟਿਸ ਕੀਤੀ ਜਾ ਰਹੀ ਸੀ ਉਹਦੀ ਤਰਫ ਗਿਆ, ਔਰ ਵੁਮੈਨ ਦੇ ਜੋ ਰਾਈਟਸ ਹਨ ਉਹਦੀ ਤਰਫ ਗਿਆ ਪੂਰਾ। ਅਗਰ ਅਸੀਂ ਇਹਨੂੰ ਪੜ੍ਹੀਏ, ਜੋ ਕੋਨਸੈਪਟ ਹੈ ਅਸੀਂ ਖੁਦ ਵੀ ਪੂਰਾ ਪੜ੍ਹਦੇ ਨਹੀਂ ਹਾਂ ਇਹਨੂੰ, ਉਹਦੇ ਵਿੱਚ ਉਹਦੀ ਸਿੰਗਲ ਹੁੱਡ, ਇੱਕ ਅਨਮੈਰਿਡ ਲਾਈਫ, ਜਿੰਨੇ ਚੈਲੇਂਜਸ ਸਾਡੇ ਸਾਹਮਣੇ ਆ ਰਹੇ ਨੇ ਉਹ ਸਾਰੇ ਅਸੀਂ ਬਹੁਤ ਆਰਾਮ ਨਾਲ ਅਗਰ ਗੁਰੂ ਗ੍ਰੰਥ ਸਾਹਿਬ 'ਤੇ ਵਿਚਾਰ ਕਰਦੇ ਹਾਂ, ਕਿਉਂਕਿ ਗੁਰਬਾਣੀ ਵਿਚਾਰ ਦਾ ਵਿਸ਼ਾ ਹੈ, ਔਰ ਉਸ ਤੋਂ ਬਾਅਦ ਅਸੀਂ ਇਹਨੂੰ ਆਪਣੀ ਲਾਈਫ ਦੇ ਵਿੱਚ
ਮਤਲਬ ਯੂਜ਼ ਕਰਨਾ, ਵੀ ਹੈਵ ਟੂ ਲਿਵ ਗੁਰਬਾਣੀ, ਕਿਉਂਕਿ ਗੁਰੂ ਸਾਹਿਬ ਕਿਹਨੂੰ ਕਹਿੰਦੇ ਨੇ, ਜਗ ਗਿਆਨੀ ਬਿਰਲਾ ਆਚਾਰੀ। ਤੋ ਜਪਜੀ ਸਾਹਿਬ ਅਸੀਂ ਰੋਜ਼ ਪੜ੍ਹਦੇ ਹਾਂ, ਔਰ ਉਹਦੇ ਵਿੱਚ ਇੱਕ ਪੂਰੀ ਜਿਹੜੀ ਵਰਸ ਆਉਂਦੀ ਹੈ ਗੁਰਬਾਣੀ ਦੀ, ਮੁੰਦਾ ਸੰਤੋਖ ਸਰਮਪਤ ਜੂਲੀ ਧਿਆਨ ਕੀ ਕਰੇ ਵਿਭੂਰ ਖਿੰਤਾ ਕਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ। ਹੁਣ ਇਹ ਪੰਕਤੀ ਅਸੀਂ ਸਾਰੇ ਰੋਜ਼ ਪੜ੍ਹਦੇ ਹਾਂ, ਜਪਜੀ ਸਾਹਿਬ ਸਾਡੇ ਨਿਤਨੇਮ ਦਾ ਹਿੱਸਾ ਹੈ, ਲੇਕਿਨ ਅਸੀਂ ਲੋਕ ਇਹਨੂੰ ਪੜ੍ਹ ਕੇ ਅਗਰ ਕਿਸੇ ਨੂੰ ਦੱਸਣਾ ਤਾਂ ਸਿਖਾਂਗੇ, ਅਤੇ ਜੋਗੀਆਂ ਵਾਸਤੇ ਮੈਸੇਜ ਹੈ। ਲੇਕਿਨ ਇੱਕ ਚੀਜ਼ ਸਾਨੂੰ ਧਿਆਨ ਰੱਖਣੀ ਚਾਹੀਦੀ ਹੈ, ਕਿਸੇ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਇਹ ਡਿਸਟਿੰਕਸ਼ਨ ਨਹੀਂ ਕੀਤੀ ਕਿ ਇਹ ਜੋਗੀਆਂ ਦੇ ਸ਼ਬਦ ਹਨ, ਇਹ ਸੰਨਿਆਸੀਆਂ ਦੇ ਸ਼ਬਦ ਹਨ, ਇਹ ਖੁਸ਼ੀ ਦੇ ਸ਼ਬਦ ਹਨ, ਇਹ ਗਮੀ ਦੇ ਸ਼ਬਦ ਹਨ। ਇਹ ਸਾਰੇ ਡਿਸਟਿੰਕਸ਼ਨ ਅਸੀਂ ਖੁਦ ਬਣਾਈ ਹੋਈ ਹੈ। ਹੁਣ ਮੈਂ ਇਹਦੇ 'ਚੋਂ ਜਦੋਂ ਪੜ੍ਹਨਾ ਸ਼ੁਰੂ ਕੀਤਾ, ਮੈਨੂੰ ਲੱਗਾ ਕਿ ਇਹਦੇ ਵਿੱਚੋਂ ਮੈਂ ਕੀ ਮੈਸੇਜ ਲੈ ਸਕਦੀ ਹਾਂ। ਗੁਰਬਾਣੀ ਸਮੇਂ ਔਰ ਕਾਲ ਤੋਂ ਪਰੇ, ਟਾਈਮ ਔਰ ਸਪੇਸ ਤੋਂ ਬਾਹਰ ਹੈ, ਔਰ ਉਪਦੇਸ਼ ਚੋਂ ਵਰਨਾ ਕੋ ਸਾਂਝਾ ਹੈ। ਇਟ ਇਜ਼ ਫੋਰ ਐਵਰੀਬਡੀ, ਚਾਹੇ ਹਿੰਦੂ ਹੈ, ਮੇਲ ਹੈ, ਫੀਮੇਲ ਹੈ, ਸਿੱਖ ਹੈ, ਸਭ ਵਾਸਤੇ ਹੈ। ਅਗਰ ਇਹ ਸਿਰਫ ਜੋਗੀਆਂ ਵਾਸਤੇ ਹੈ ਤਾਂ ਮੈਂ ਇਹਨੂੰ ਸਕਿੱਪ ਕਰ ਜਾਵਾਂ ਜਾਂ ਰੋਜ਼ ਪੜ੍ਹ ਕੇ ਛੱਡ ਦਿਆਂ। ਕੁਆਰੀ ਕਾਇਆ ਜਿਹੜਾ ਵਰਡ ਗੁਰੂ ਸਾਹਿਬ ਨੇ ਯੂਜ਼ ਕੀਤਾ, ਮੈਂ ਉਹਦੇ ਉੱਤੇ ਮੈਨੂੰ ਲੱਗਾ ਕਿ ਆਈ ਮਸਟ ਥਿੰਕ ਕਿ ਕੁਆਰੀ ਕਾਇਆ ਕਿਉਂ, ਜਿੰਨੇ ਜੋਗੀ ਔਰ ਸੰਨਿਆਸੀ ਸੀ ਦੇ ਆਰ ਨੈਵਰ ਮੈਰਿਡ, ਅਤੇ ਕੁਆਰੀ ਕਾਇਆ ਦਾ ਵਰਡ ਯੂਜ਼ ਕਰਨ ਦਾ ਕੋਈ ਪਰਪਸ ਹੋਏਗਾ? ਕੁਆਰੀ ਸਟੈਂਡਸ ਫੋਰ ਅਨਟੱਚਡ, ਅਨਬਲੈਮਿਸ਼ਡ, ਚੇਸਟ, ਪਿਓਰ। ਹੁਣ ਵਿਕਾਰਾਂ ਤੋਂ ਰਹਿਤ ਅਸੀਂ ਗੱਲ ਕਰਦੇ ਹਾਂ, ਲੇਕਿਨ ਗੁਰੂ ਨਾਨਕ ਦਾ ਫਲਸਫਾ ਹੈ ਕਿ ਇੰਟਰਨਲੀ ਅਸੀਂ ਵਿਕਾਰਾਂ ਤੋਂ ਰਹਿਤ ਹੋਈਏ, ਲੇਕਿਨ ਫਿਰ ਵੀ ਕਾਇਆ ਦੀ ਗੱਲ ਕੀਤੀ ਹੈ। ਅੱਗੇ ਇੱਕ ਜਗ੍ਹਾ ਗੁਰੂ ਸਾਹਿਬ ਨੇ ਕਿਹਾ, ਕਾਇਆ ਸੋਦੇ ਸ਼ਬਦ ਵਿਚਾਰ। ਅਤੇ ਜੋ ਪ੍ਰੀ ਮੈਰੀਟਲ ਸੈਕਸ, ਅੱਜ 11 ਸਾਲ ਇਸ ਟੋਪਿਕ ਨੂੰ ਅਗਰ ਮੈਂ ਔਰ ਤੁਸੀਂ ਛੁਪਾ ਕੇ ਰੱਖਾਂ ਤਾਂ ਟੋਪਿਕ ਖਤਮ ਨਹੀਂ ਹੋ ਜਾਏਗਾ, ਕਿਉਂਕਿ ਇਟ ਐਗਜ਼ਿਸਟ, ਅਤੇ ਅਸੀਂ ਸੂਨਰ ਔਰ ਲੇਟਰ ਵੀ ਹੈਵ ਟੂ ਫੇਸ ਇਟ। ਜਿੰਨੀ ਵੀ ਲੇਡੀਜ਼ ਮੈਰਿਜ ਕਰਨਗੀਆਂ, ਜਦੋਂ ਉਹਨਾਂ ਦੀ ਡੋਟਰ ਸਕੂਲ ਜਾਣਗੀਆਂ, ਦੇ ਹੈਵ ਟੂ ਫੇਸ ਇਟ। ਤੋ ਅੱਜ 11 ਸਾਲ ਦੀ ਏਜ 'ਚ ਇੱਕ ਲੜਕੀ ਆਪਣੀ ਵਰਜਿਨਿਟੀ ਲੂਜ਼ ਕਰ ਰਹੀ ਹੈ, 13-14-15 ਸਾਲ ਦੀ ਏਜ 'ਚ ਲੜਕੀ ਆਪਣੀ ਮਦਰ ਦੇ ਨਾਲ ਜਾ ਕੇ ਅਬੋਰਸ਼ਨਸ ਕਰਾ ਰਹੀ ਹੈ। ਅਸੀਂ ਕਿਸ ਤਰ੍ਹਾਂ ਦੀ ਐਮਪਾਵਰਮੈਂਟ ਔਰ ਕਿਸ ਤਰ੍ਹਾਂ ਦੇ ਲਿਬਰੇਸ਼ਨ ਵਾਲੇ ਪਾਸੇ ਅਸੀਂ ਲੋਕ ਜਾ ਰਹੇ ਹਾਂ। ਧਿਆਨ ਕੀ ਕਰੇ ਵਿਭੂਤ, ਧਿਆਨ ਵਰਡ ਦੇ ਉੱਤੇ ਅਸੀਂ ਫੋਕਸ ਕਰੀਏ, ਅਤੇ ਅਸੀਂ ਕਿਸੇ ਨੂੰ ਅਗਰ ਪੁੱਛੀਏ ਨਾ ਕਿ ਮੈਨੂੰ ਧਿਆਨ ਦਾ ਮਤਲਬ ਦੱਸੋ, ਤਾਂ ਅਸੀਂ ਕਹਾਂਗੇ ਪਰਮਾਤਮਾ 'ਤੇ ਧਿਆਨ। ਅਤੇ ਪਰਮਾਤਮਾ ਦਾ ਧਿਆਨ ਗੁਰਮਤ ਦੇ ਵਿੱਚ ਸਵੇਰੇ ਔਰ ਸ਼ਾਮ ਦਾ ਨਿਤਨੇਮ ਨਹੀਂ ਹੈ, ਪਰਮਾਤਮਾ ਦਾ ਧਿਆਨ ਹਰ ਵੇਲੇ ਵਾਹਿਗੁਰੂ ਦੀ ਰਟਨ ਨਹੀਂ ਹੈ। ਪਰਮਾਤਮਾ ਇਸ ਨਮੋ ਗਿਆਨ ਗਿਆਨੇ, ਨਮੋ ਤੇਜ ਤੇਜੇ, ਗੋਬਿੰਦ ਗਾਜੇ, ਸ਼ਬਦ ਵਾਜੇ, ਆਨੰਦ ਰੂਪੀ ਮੇਰੋ ਰਾਮਈਆ, ਇਤਨੇ ਸਾਰੇ ਕੋਨਸੈਪਟਸ ਜਿਹੜੇ ਨੇ ਉਹ ਪਰਮਾਤਮਾ ਦੇ ਸਾਡੇ ਸਾਹਮਣੇ ਆਉਂਦੇ ਨੇ। ਗਿਆਨ ਇਜ਼ ਹਾਈਐਸਟ ਨੌਲੇਜ। ਅਗਰ ਸਿੱਖ ਵੈਲਿਊ ਸਿਸਟਮ ਅਸੀਂ ਦੇਖੀਏ, ਤੁਸੀਂ ਅਗਰ ਸਾਰੇ ਪੜ੍ਹੋਗੇ, ਹਾਈਐਸਟ ਵੈਲਿਊ ਪਰਮਾਤਮਾ ਹੈ, ਸਾਡੇ ਜੀਵਨ ਦਾ ਗੋਲ ਪਰਮਾਤਮਾ ਹੈ, ਰਸਤਾ ਵੀ ਪਰਮਾਤਮਾ ਹੀ ਹੈ ਉਸ ਤੱਕ ਪਹੁੰਚਣ ਦਾ। ਅਤੇ ਪਰਮਾਤਮਾ ਨੂੰ ਅਸੀਂ ਸਿਰਫ ਜਿੱਥੇ ਤੇਜ ਤੇਜੇ ਨਮੋ ਸੂਰਜ ਸੂਰਜੇ ਦੀ ਗੱਲ ਕੀਤੀ ਹੈ, ਜਦੋਂ ਰੋਸ਼ਨੀ ਆਏਗੀ ਤਾਂ ਉਹ ਅੰਧੇਰਾ ਦੂਰ ਕਰੇਗੀ। ਅਤੇ ਅੰਧੇਰਾ ਕਿਹੜਾ ਸਾਡੇ ਅੰਦਰ? ਇਗਨੋਰੈਂਸ, ਮੇਰੀ ਜਿਹੜੀ ਕਨਫਿਊਜ਼ਨ ਹੈ, ਜਿਹੜੀ ਅੱਜ ਜਨਰੇਸ਼ਨ ਹੈ, ਐਂਡ ਆਈ ਹੋਪ ਨੋ ਵਨ ਵਿਲ ਮਾਈਂਡ ਬਿਕੋਜ਼ ਦਿਸ ਇਜ਼ ਅ ਫੈਕਟ। ਜੋ ਅਸੀਂ ਬੋਏਫ੍ਰੈਂਡ ਗਰਲਫ੍ਰੈਂਡ, ਅਗਰ ਪਲੇਟੋਨਿਕ ਰਿਲੇਸ਼ਨ ਹੈ ਕੋਈ ਬੁਰਾਈ ਨਹੀਂ ਹੈ, ਕਿਉਂਕਿ ਕੋਐਡ ਸਕੂਲ ਕਾਲਜਿਸ ਹੈ, ਬਟ ਅਗਰ ਅਸੀਂ ਰਿਸ਼ਤਿਆਂ ਨੂੰ ਜਦੋਂ ਨਾਮ ਦੇਣਾ ਸ਼ੁਰੂ ਕਰ ਦਿੰਦੇ ਹਾਂ, ਔਰ ਰਿਸ਼ਤਿਆਂ ਦੇ ਵਿੱਚ ਅਸੀਂ ਸ਼ਰਤਾਂ ਔਰ ਆਪਣੀ ਇੱਛਾਵਾਂ ਜ਼ਾਹਿਰ ਕਰਨ ਲੱਗ ਜਾਂਦੇ ਹਾਂ, ਡਿਜ਼ਾਇਰ ਜ਼ਾਹਿਰ ਕਰਨ ਲੱਗ ਜਾਂਦੇ ਹਾਂ, ਸਾਨੂੰ ਲੱਗਦਾ ਅਸੀਂ ਪਬਲਿਕ ਸਕੂਲ ਕਾਲਜ ਦੇ ਹਾਂ, ਵੀ ਆਰ ਵੈਰੀ ਕੋਨਫੀਡੈਂਟ, ਅਸੀਂ ਇੰਗਲਿਸ਼ ਬੋਲ ਰਹੇ ਹਾਂ, ਅਸੀਂ ਪੜ੍ਹੇ ਲਿਖੇ ਹਾਂ, ਸਾਨੂੰ ਟੈਕਨੋਲੋਜੀ ਦੇ ਬਾਰੇ ਪਤਾ ਹੈ, ਅਤੇ ਵੀ ਆਰ ਕੋਨਫੀਡੈਂਟ। ਨਹੀਂ, ਇਹ ਸਾਰੀ ਚੀਜ਼ਾਂ ਅਗਰ ਅਸੀਂ ਦੇਖੀਏ, ਪੀਅਰ ਪ੍ਰੈਸ਼ਰ ਦੇ ਵਿੱਚ ਜਾ ਕੇ ਇਨਸਾਨ ਕਰਦਾ। ਇੱਕ ਗਰੁੱਪ ਆਫ ਜਿਸ ਤਰ੍ਹਾਂ ਫਰੈਂਡਸ ਅਸੀਂ ਦੇਖਾਂਗੇ ਕਿ ਇੱਕ ਨੇ ਅਗਰ ਟੈਟੂ ਬਣਵਾਇਆ ਤਾਂ ਸਾਰੇ ਬਣਵਾ ਲੈਣਗੇ, ਇੱਕ ਨੇ ਅਗਰ ਕੋਈ ਡਰੈਸ ਪਾਈ ਹੋਈ ਹੈ ਜਿਹਦੇ 6-7 ਪੋਕਿਟਸ ਹੈ, ਉਹ ਸਾਰੇ ਪਾਣਗੇ। ਆਈ ਐਮ ਨੋਟ ਕ੍ਰਿਟੀਸਾਈਜ਼ਿੰਗ ਐਨੀ ਡਰੈਸ, ਆਈ ਐਮ ਨੋਟ ਕ੍ਰਿਟੀਸਾਈਜ਼ਿੰਗ ਐਨੀ ਫੂਡ ਹੈਬਿਟ, ਬਿਕੋਜ਼ ਦੈਟ ਇਜ਼ ਇੰਡੀਵਿਜੁਅਲ ਚੋਇਸ। ਪਾਉਣ ਦਾ ਜਾਂ ਖਾਣ ਦਾ ਧਰਮ ਦੇ ਨਾਲ ਜਾਂ ਨੈਤਿਕਤਾ ਨਾਲ ਕੋਈ ਵੀ ਸੰਬੰਧ ਨਹੀਂ ਹੈ, ਬਟ ਪੀਅਰ ਪ੍ਰੈਸ਼ਰ ਜੋ ਅਸੀਂ ਆਪਣੀ ਸਾਈਕੋਲੋਜੀ ਨੂੰ ਸਮਝਣਾ, ਤੋ ਵੀ ਨੀਡ ਟੂ ਅੰਡਰਸਟੈਂਡ ਕਿ ਪੀਅਰ ਪ੍ਰੈਸ਼ਰ ਦੇ ਵਿੱਚ ਅਸੀਂ ਲੋਕ ਕੀ ਕਰਦੇ ਹਾਂ। ਅਗਰ ਅਸੀਂ ਕੋਨਫੀਡੈਂਟ ਹਾਂ, ਮੇਰੇ ਅੰਦਰ ਮੇਰਾ ਵੈਲਿਊ ਸਿਸਟਮ ਹੈ, ਮੈਂ ਆਪਣੇ ਸਕ੍ਰਿਪਚਰ ਨਾਲ ਜੁੜੀ ਹੋਈ ਹਾਂ, ਅਸੀਂ ਇਕੱਲੇ ਰਹਿਣ ਤੋਂ ਡਰਦੇ ਹਾਂ, ਸਾਨੂੰ ਲੱਗਦਾ ਕਿ ਮੈਂ ਇੱਕ ਗਰੁੱਪ ਦਾ ਹਿੱਸਾ ਰਹਿਣੀ ਚਾਹੀਦੀ ਹਾਂ, ਮੇਰੀ ਫਰੈਂਡ ਤੋਂ ਬਿਨਾਂ ਮੈਂ ਰਹਿ ਨਹੀਂ ਸਕਦੀ, ਜਾਂ ਜੋ ਬੋਇਜ਼ ਦਾ ਗਰੁੱਪ ਹੈ ਅਸੀਂ ਉਹਦੇ ਬਿਨਾਂ ਰਹਿ ਨਹੀਂ ਸਕਦੇ। ਇਹ ਇੰਪਾਵਰਮੈਂਟ ਨਹੀਂ ਹੈ, ਦਿਸ ਇਜ਼ ਵੀਕਨੈਸ ਜਿਹੜੀ ਅਸੀਂ ਲੋਕਾਂ ਨੇ ਡਿਵੈਲਪ ਕੀਤੀ ਹੋਈ ਹੈ। ਜੋ ਗਰੁੱਪ ਦਾ ਬਿਹੇਵੀਅਰ ਹੈ ਕਿ ਇੱਕ ਜੋ ਕਰ ਰਿਹਾ ਉਹ ਸਾਰੇ ਕਰ ਰਹੇ ਨੇ, ਐਜੂਕੇਸ਼ਨ ਇਜ਼ ਸਮਥਿੰਗ ਡਿਫਰੈਂਟ। ਅਗਰ ਅਸੀਂ ਕੋਈ ਟੋਪਿਕ ਪੜ੍ਹ ਰਹੇ ਹੋ ਤਾਂ ਅਸੀਂ ਸਾਰੇ ਪੜ੍ਹਾਂਗੇ, ਲੇਕਿਨ ਜਿਸ ਟਾਈਮ ਅਸੀਂ ਇਮੀਟੇਟ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਿਸੇ ਨੂੰ, ਉੱਥੋਂ ਹਰਡ ਮੈਂਟੈਲਿਟੀ ਆਉਂਦੀ ਜਿਹੜੀ ਜਾਨਵਰਾਂ 'ਚ ਹੁੰਦੀ ਹੈ, ਭੇਡਾਂ ਬੱਕਰੀਆਂ 'ਚ ਮਿਲੇਗੀ ਸਾਨੂੰ,
भैंसा गाय, एक गाय जो करेगी दूजी फॉलो करेगी, एक जानवर जो करेगा दे रेस्ट रेस्ट ऑफ देम दे विल फॉलो, वो अपना इंटेलेक्ट नहीं यूज़ करते। लेकिन असी लोग जानवर तो नहीं हैं, असी लोग कुछ ऐसा सेपरेट या अपनी डिफरेंट आइडेंटिटी बनाने तो डरने हैं कि असी अलग नहीं रह सकते, कला नहीं रह सकते। तो जो ध्यान है उत्थे परमात्मा दे नाल नाल राइट अवेयरनेस, राइट कॉन्सनट्रेशन और राइट अंडरस्टैंडिंग। जिन्हें अज असी स्पिरिचुअल बुक्स पढ़ रहे हैं ना, न्यू एज फिलोसफी, वो चाहता है प्रेजेंट मोमेंट अवेयरनेस, राइट थॉट्स। अगर मेरी राइट अंडरस्टैंडिंग नहीं है, राइट थॉट्स नहीं हैं, तो मैं राइट डिसीजन ले नहीं सकती। मैं कोई भी ऐसा प्रोफेशन नहीं चुनांगी जिहड़ा डिफरेंट होएगा। तुहानू बड़ा रेयर मिलेगा कि कोई इंसान कहेगा मैं प्रीचर बनना। सिख फैमिलीज दे विच भी बहुत रेयर होएगा, उन्हें सारे कहेंगे कि पागल है, इंजीनियर बनो, डॉक्टर्स बनो, लॉयर्स। रीसेंटली चंडीगढ़ का एक रोड रेज का केस आया जिहदे विच गर्ल्स और बॉयज राती लेट नाइट गड्डी चला के जा रहे सन और इन्नी स्पीड दे कुड नॉट कंट्रोल बिकॉज ऑल ऑफ दैम वर हैवीली ड्रंक, और किसी के कार के रिहायशी इलाके के ही उन्होंने गड्डी वाड़ दी राती, बुरी तरह डैमेज हुई उन्होंने गड्डी। कैमरे तो मूँह छुपा रही सन गर्ल्स और बॉयज, और उन्होंने जो सिख फैमिली के भी बच्चे सन। इज दिस एम्पावरमेंट, इज दिस लिबरेशन? ए सारे सवाल साढ़े सामने खड़े ने। एंड एज अ वूमेन, एज अ गर्ल, मैं अपने आप को खुद ही पूछना है कि दिस इज एम्पावरमेंट। दूसरी चीज़ असं देखने कि कॉन्ट्रासेप्टिव पिल्स एंड कंडोम्स, आई एम वेरी सॉरी टू से, ओपनली गर्ल्स जाके खुद खरीद रही हैं। और साड़ी गवर्नमेंट कह रही है कि असी मॉल्स विच मशीनस लगावेंगे कि वो गर्ल्स जाके उन्होंने झिझक ना होए वो खरीद सकन। तो इज दिस लिबरेशन? वुमेन एम्पावरमेंट नू एक राइट परस्पेक्टिव नाल समझना और उन्हों राइट परस्पेक्टिव नाल यूटिलाइज करना अपनी लाइफ दे विच। इंडिविजुअल साड़ी अपनी सोच है, असी वी आर नॉट पार्ट ऑफ ग्रुप। अगर असी कहने कि सिख जड़े ने एक वक्री कौम है, निविखली कौम है, तो फिर साड़ा वैल्यू सिस्टम, हर धर्म का वैल्यू सिस्टम अलग है, तो सानू उस तरह का वैल्यू सिस्टम अपना पूरा फॉलो करना चाहिए। दूसरा केस चंडीगढ़ का ही जोड़ा सामने आया, वो पाँच छः ग्रुप ऑफ फ्रेंड्स है, गर्ल्स है, उन्होंने अपनी ही फ्रेंड का, उन्होंने शायद किसी बॉयफ्रेंड की गल तो झगड़ा होया, और उन्होंने अपनी ही फ्रेंड का कार दे विच न्यूड MMS बना के यूट्यूब के उत्ते पाया। द गर्ल वेंट टू द पुलिस और पुलिस ने उन्होंने चारा नू अरेस्ट किया। सो वट इज़ दिस द एजुकेशन जी असं चाह रहे हैं? तो जिस टाइम असं हूँ जपजी साहब का पाठ भी करने ना, जो उन्होंने कहा काया सोदे शब्द विचारे, तो शब्द गुरु नाल जुड़ना बहुत ज़्यादा जरूरी है। और इतने साड़ी मदर की, साड़े एल्डर्स की ड्यूटी है, जिथे भी थॉट बदलेगा, अगर सपोज फैमिली के एल्डर्स बाणी नाल नहीं जुड़े हुए या अपने स्क्रिप्चर नाल नहीं जुड़े हुए, लेकिन उन्होंने बच्चा जुड़ता है, तो जिथे थॉट बदलता है उत्थे साड़ी जिहड़ी जनरेशन है वो बदल जाएगी। और इस चीज़ नू असी हमेशा सोच के नाल चलना है कि जिस टाइम असी पाठ कर रहे हैं, वी नीड टू थिंक, वी नीड टू अंडरस्टैंड। सिंगल लाइफ चो जिहड़ी औरत लड़की निकलेगी, डेफिनेटली वो अपना गृहस्थ भी बनाएगी, शादी भी वो करेगी। हूँ असी सारे कह दें कि जी गृहस्थ प्रधान है साड़ा जिहड़ा सिख धर्म है। जदों सिद्धा ना सिद्ध गोष्ठ होए गुरु नानक दी, तो उन्होंने पता चलिया कि गुरु नानक देव गृहस्थी ने, तो उन्होंने कहा काए दुध विच कांजी पाई, क्योंकि वह समझते सन कि जिहड़ी औरत है वो एक रिस्ट्रिक्शन है, बाइंडिंग है, कि वह सैलवेशन या मुक्ति नूं नहीं प्राप्त कर सकनगे। तो भाई गुरदास ने कहा लोक वेद गुण ज्ञान विच अध शरीरी मोख द्वारी। उस तो बाद जिहड़ा असी कह रहे हैं कि यह गृहस्थ प्रधान है, किस तरह का गृहस्थ है, कि मैं सवेरे मैरिज कराँ और शाम को मेरा डिवोर्स हो जाए, या सवेरे साड़ी शादी हो रही है जॉइंट फैमिली और महीने बाद असी न्यूकलीयर फैमिली, वो गृहस्थ है, या टोटल डिसहारमनी और प्रॉपर्टी की गल्ला हो रही हैं वो मेरा गृहस्थ है। जो गुरु साहब ने सानू गृहस्थ दिता उदी एक स्पिरिट है, असी इस चीज़ को सिर्फ पकड़ लिया कि गृहस्थ प्रधान है, लेकिन असी उस चीज़ को नहीं पकड़िया कि वो किस तरह का गृहस्थ। ये एक औरत की कंप्लीट डिवेलपमेंट ओदा की रोल है। बाणी च असी पंक्ति मंगते हैं पंडो होवे दोस्ती। जिन्हें साढ़े रिलेशनशिप सन मैरिज तो बाद या मैरिज तो पहले, स्पेशली मैरिज तो बाद, वो औरत दे नाल ही चलते हैं। तो इतों आई मस्ट अंडरस्टैंड कि मेरा रोल मेरी फैमिली दे विच और सोसाइटी दे विच कितना ज़्यादा इंपॉर्टेंट है। दैन आई नीड टू चैक कि मैं उस रोल नू पूरा कर रही हूँ। एक शब्द आता है रे मन ऐसो कर संन्यासा, बन से सगल सवेगर समझो, मन ही माए उदासा।
ਅਸੀਂ ਇੱਥੇ ਵੀ ਕਹਾਂਗੇ ਕਿ ਇਹਦੇ ਜੋਗੀਆਂ ਦਾ ਸ਼ਬਦ ਹੈ, ਗੁਰੂ ਸਾਹਿਬ ਨੇ ਕਿਹਾ ਸੀ ਵਨ 'ਚ ਨਾ ਜਾਓ, ਲੇਕਿਨ ਇੱਥੇ ਗੁਰੂ ਸਾਹਿਬ ਨੇ ਕਿਹਾ ਵਨ ਨੂੰ ਤੁਸੀਂ ਘਰ ਨੂੰ ਵਨ ਜੈਸਾ ਬਣਾ ਲਓ, ਘਰ ਅਸੀਂ ਜੰਗਲ ਬਣਾ ਲਈਏ, ਲੇਕਿਨ ਇੱਥੇ ਜੋ ਇਹਦਾ ਹਿਡਨ ਮੀਨਿੰਗ ਹੈ ਕਿ ਅਗਰ ਅਸੀਂ ਵਨ ਬਣਾਉਣਾ, ਵਨ ਦੇ ਵਿੱਚ ਜਿਹੜੇ ਲੋਕ ਭਗਤੀ ਕਰਨ ਜਾਂਦੇ ਸਨ ਉਹਨਾਂ ਨੂੰ ਕੀ ਮਿਲਦਾ ਸੀ ਉੱਥੇ? ਇੱਕ ਤਾਂ ਉੱਥੇ ਕੋਈ ਡਿਸਟਰੈਕਸ਼ਨ ਨਹੀਂ ਹੈ, ਕਿਉਂਕਿ ਉੱਥੇ ਕਮਿਊਨੀਕੇਸ਼ਨ ਹੀ ਨਹੀਂ ਹੈ, ਉੱਥੇ ਕੋਈ ਲੋਕ ਹੀ ਨਹੀਂ ਹਨ। ਜੰਗਲ ਦੇ ਵਿੱਚ ਜਾ ਕੇ ਰਿਸ਼ੀ ਸੰਤ ਬਣਨਾ, ਗੌਤਮ ਬੁੱਧਾ ਬਣਨਾ ਬਹੁਤ ਆਸਾਨ ਹੈ, ਲੇਕਿਨ ਰੀਅਲ ਟੈਸਟ ਹੈ ਜਦੋਂ ਅਸੀਂ ਆਪਣੀ ਫੈਮਿਲੀ ਮੈਂਬਰਸ ਦੇ ਵਿੱਚ ਰਹਿ ਕੇ ਇੱਕ ਰਿਸ਼ੀ ਵਾਲੀ ਲਾਈਫ ਔਰ ਇੱਕ ਬੈਲੈਂਸ ਲਾਈਫ, ਕਿਉਂਕਿ ਜਿਹੜੀ ਬੈਲੈਂਸ ਲਾਈਫ ਹੈ ਉਹੀ ਅਸਲੀ ਇੰਪਾਵਰਮੈਂਟ ਹੈ। ਵਨ ਦੇ ਵਿੱਚ ਇੱਕ ਤਾਂ ਗੌਤਮ ਬੁੱਧਾ, ਗੌਤਮ ਬੁੱਧਾ ਇੱਥੇ ਕਿਸੇ ਵਿਅਕਤੀ ਦਾ ਨਾਮ ਨਹੀਂ ਹੈ, ਗੌਤਮ ਬੁੱਧਾ ਇੱਕ ਅਵਸਥਾ ਦਾ ਨਾਮ ਹੈ। ਬੇਗਮਪੁਰਾ ਕਿਸੇ ਸ਼ਹਿਰ ਦਾ ਨਾਮ ਨਹੀਂ ਹੈ, ਬੇਗਮਪੁਰਾ ਅਵਸਥਾ ਦਾ ਨਾਮ ਹੈ। ਆਨੰਦ ਕਿਸੇ ਜਗ੍ਹਾ ਦਾ ਜਾਂ ਕਿਸੇ ਓਬਜੈਕਟ ਦਾ ਨਾਮ ਨਹੀਂ ਹੈ, ਆਨੰਦ ਵੀ ਅਵਸਥਾ ਦਾ ਨਾਮ ਹੈ। ਜੰਗਲ ਸਾਨੂੰ ਮਿਲਦੀ ਹੈ ਨੇਚਰ, ਪ੍ਰਾਕ੍ਰਿਤੀ, ਔਰ ਪ੍ਰਾਕ੍ਰਿਤੀ ਵੀ ਫੈਮਿਨਿਨ ਹੈ, ਉਹਨੂੰ ਵੀ ਫੈਮਿਨਿਨ ਜੈਂਡਰ ਮੰਨਿਆ ਜਾਂਦਾ ਹੈ, ਔਰ ਉਹਨੂੰ ਕੁਦਰਤ ਨਾਲ ਵੀ ਇਕੁਏਟ ਕੀਤਾ ਜਾਂਦਾ ਹੈ, ਬਲਿਹਾਰੀ ਕੁਦਰਤ ਵਸਿਆ। ਨੇਚਰ ਦੇ ਵਿੱਚ ਸਾਨੂੰ ਕੀ ਮਿਲਦਾ? ਫਸਟ ਆਫ ਆਲ ਦੇਰ ਇਜ਼ ਕੰਪਲੀਟ ਹਾਰਮਨੀ, ਨੇਚਰ ਕਦੀ ਐਕਸਪਲੋਇਟ ਨਹੀਂ ਕਰਦੀ ਸਾਨੂੰ। ਗੁਰੂ ਸਾਹਿਬ ਨੇ ਜਦੋਂ ਜਪਜੀ ਸਾਹਿਬ ਵਿੱਚ ਕਿਹਾ ਪਰੇ ਹੋਰ ਧਰਤੀ, ਜਿਹੜੀ ਪੰਕਤੀ ਉੱਥੇ ਆਉਂਦੀ ਹੈ ਕਿ ਉੱਥੇ ਬਹੁਤ ਸਾਰੇ ਗੈਲੈਕਸੀਜ਼ ਨੇ, ਕਹਿਤੇ ਚੰਦ ਸੂਰਜ, ਕਹਿਤੇ ਕਾਨ ਮਹੇਸ਼, ਉੱਥੇ ਗੁਰੂ ਸਾਹਿਬ ਨੇ ਸਾਨੂੰ ਮੈਸੇਜ ਦਿੱਤਾ ਕਿ ਅਸੀਂ ਨੇਚਰ ਨੂੰ ਐਕਸਪਲੋਰ ਕਰੀਏ, ਲੇਕਿਨ ਅਸੀਂ ਨੇਚਰ ਨੂੰ ਐਕਸਪਲੋਇਟ ਕਰ ਰਹੇ ਹਾਂ। ਅਤੇ ਜਿਸ ਟਾਈਮ ਅਸੀਂ ਨੇਚਰ ਨੂੰ ਐਕਸਪਲੋਇਟ ਕਰਾਂਗੇ ਤਾਂ ਨੇਚਰ ਵੀ ਸਾਨੂੰ ਐਕਸਪਲੋਇਟ ਹੀ ਕਰੇਗੀ। ਤੋ ਐਜ਼ ਅ ਵੁਮਨ, ਹੁਣ ਅਗਰ ਇਹ ਪ੍ਰਾਕ੍ਰਿਤੀ ਫੈਮਿਨਿਨ ਹੈ, ਇੱਕ ਤਾਂ ਹੈ ਕਿ ਉਹਦੇ ਵਿੱਚ ਹਾਰਮਨੀ ਹੈ, ਔਰ ਦੂਸਰੀ ਨੇਚਰ ਹਮੇਸ਼ਾ ਦਿੰਦੀ ਹੈ, ਇਟ ਇਜ਼ ਆਲਵੇਜ਼ ਗਿਵਿੰਗ। ਅੱਜ ਡਾਕਟਰਸ ਔਰ ਸਾਇੰਸ ਇਸ ਚੀਜ਼ ਨੂੰ ਮੰਨਦੀ ਹੈ ਕਿ ਜੋ ਡਿਪਰੈਸ਼ਨ ਔਰ ਸਟ੍ਰੈਸ ਦੇ ਪੇਸ਼ੈਂਟਸ ਹਨ ਉਹਨਾਂ ਨੂੰ ਡਾਕਟਰਸ ਕਹਿੰਦੇ ਹਨ ਤੁਸੀਂ ਨੇਚਰ ਜਾਓ, ਜਿੱਥੇ ਜੰਗਲ ਵਗੈਰਾ ਤੁਸੀਂ ਉੱਥੇ ਜਾਓ, ਮੋਰਨਿੰਗ ਵਾਕ ਵਾਸਤੇ ਜਾਓ, ਤੁਹਾਡਾ ਸਟ੍ਰੈਸ ਘਟੇਗਾ। ਐਂਡ ਇਟ ਇਜ਼ ਅ ਫੈਕਟ, ਜਿਹੜੇ ਲੋਕ ਜਾਂਦੇ ਨੇ ਜਾਂ ਜਿਹੜੇ ਲੋਕ ਯੋਗਾ ਉੱਥੇ ਨੇਚਰ 'ਚ ਬੈਠ ਕੇ ਕਰਦੇ ਨੇ, ਨੈਚੁਰਲ ਸਰਾਊਂਡਿੰਗਸ ਦੇ ਵਿੱਚ ਹੈ ਇੱਕ ਬਹੁਤ ਕਾਮਿੰਗ ਜਿਹਾ ਇਫੈਕਟ ਹੈ, ਹਰ ਇਨਸਾਨ ਨੂੰ ਮੈਂਟਲੀ ਉਹ ਰਿਲੈਕਸ ਕਰ ਦਿੰਦੀ ਹੈ। ਮੇਰੀ ਹਾਰਮਨੀ ਐਜ਼ ਐਨ ਇੰਡੀਵਿਜੁਅਲ, ਮੈਂ ਦੇਖਣਾ ਕਿ ਮੈਨੂੰ ਨੇਚਰ ਦਾ ਦਰਜਾ ਤਾਂ ਗੁਰੂ ਸਾਹਿਬ ਨੇ ਦੇ ਦਿੱਤਾ, ਪ੍ਰਾਕ੍ਰਿਤੀ ਫੈਮਿਨਿਨ ਹੈ, ਔਰ ਧਰਤੀ ਨੂੰ ਵੀ ਫੈਮਿਨਿਨ ਮੰਨਿਆ, ਮਾਤਾ ਧਰਤ ਮਹਤ, ਧਰਤੀ ਦੇ ਵਿੱਚ ਵੀ ਉਹੀ ਕੁਆਲਿਟੀਜ਼ ਆਉਂਦੀਆਂ, ਟੋਲਰੈਂਸ ਔਰ ਪੇਸ਼ੈਂਸ। ਧਰਤੀ ਸਾਨੂੰ ਬਹੁਤ ਕੁਛ ਦੇ ਰਹੀ ਹੈ, ਅਸੀਂ ਕੀ ਦੇ ਰਹੇ ਹਾਂ? ਥੁੱਕ ਰਹੇ ਹਾਂ, ਯੂਰਿਨ ਦੇ ਰਹੇ ਹਾਂ, ਹਿਊਮਨ ਐਕਸਕ੍ਰੀਟਾ, ਜਿੰਨਾ ਗੰਦ ਹੈ ਉਹ ਅਸੀਂ ਧਰਤੀ ਨੂੰ ਦੇ ਰਹੇ ਹਾਂ। ਟੋਲਰੈਂਸ ਔਰ ਪੇਸ਼ੈਂਸ ਦੋ ਕੁਆਲਿਟੀਜ਼, ਜਿਹੜੀ ਮੇਰੀ ਹਾਰਮਨੀ ਹੈ, ਅਗਰ ਮੇਰੇ ਅੰਦਰ ਹਾਰਮਨੀ ਨਹੀਂ ਹੈ ਮੈਂ ਬਾਹਰ ਹਾਰਮਨੀ ਨਹੀਂ ਦੇ ਸਕਦੀ। ਔਰ ਹਾਰਮਨੀ ਸਿਰਫ ਇਹ ਨਹੀਂ ਕਿ ਮੇਰਾ ਮਿੱਠਾ ਬੋਲਣਾ ਆਊਟਸਾਈਡ ਹੈ, ਆਊਟਸਾਈਡ ਨਹੀਂ ਚੱਲੇਗਾ, ਉਹ ਕਾਲ ਸੈਂਟਰਸ ਦੀ ਇੱਕ ਪਬਲਿਕ ਰਿਲੇਸ਼ਨਸ ਦਾ ਪ੍ਰੋਫੈਸ਼ਨ ਹੈ ਕਿ ਉਹ ਤੁਹਾਡੇ ਨਾਲ ਫੋਨ ਦੇ ਉੱਤੇ ਬੜਾ ਸਵੀਟਲੀ ਬੋਲਣਗੇ, ਜਦੋਂ ਤੁਸੀਂ ਫੋਨ ਰੱਖੋਗੇ ਤੁਹਾਨੂੰ ਵੀ ਗਾਲਾਂ ਕੱਢਣਗੇ। ਲੇਕਿਨ ਜੋ ਰੀਅਲ ਲਾਈਫ ਦੀ ਹਾਰਮਨੀ ਹੈ ਉਹ ਮੇਰੇ ਥੋਟਸ 'ਚ, ਵਰਡਸ 'ਚ ਔਰ ਡੀਡਸ, ਐਕਸ਼ਨ ਸਪੀਕ ਲਾਊਡਰ ਦੈਨ ਵਰਡਸ। ਤੋ ਮੈਂ ਇੱਥੇ ਇਹ ਦੇਖਣਾ ਹੈ ਕਿ ਮੇਰੇ ਹਾਰਮਨੀ ਹੈ, ਅਗਰ ਮੈਨੂੰ ਗੁਰੂ ਸਾਹਿਬ ਨੇ ਇੰਨਾ ਉੱਚਾ ਨੇਚਰ ਨੂੰ ਫੈਮਿਨਿਨ ਦਿੱਤਾ, ਔਰ ਗਿਵਿੰਗ ਨੇਚਰ, ਦੇਣ ਦੀ ਨੇਚਰ, ਇੱਕ ਔਰਤ ਦਾ ਇੱਕ ਨੈਚੁਰਲ ਸੁਭਾਅ ਹੈ, ਉਹਦਾ ਇੰਸਟਿੰਕਟ ਹੈ ਕਿ ਸ਼ੀ ਇਜ਼ ਗਿਵਿੰਗ ਫੈਮਿਲੀ ਦੇ ਵਿੱਚ, ਲੇਕਿਨ ਅੱਜ ਅਸੀਂ ਉਸ ਚੀਜ਼ ਨੂੰ ਨਹੀਂ ਨੋਟਿਸ ਕਰ ਰਹੇ।